ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਿਊ ਵੀਡੀਓ ਲੈ ਕੇ ਆਏ ਆ ਜੀ ਜਿਹੜੀ ਕਿ ਜ਼ਰੂਰੀ ਆ ਤੇ ਬਹੁਤ ਵੀਰਾਂ ਦੇ ਕੁਐਸਚਨ ਆਉਂਦੇ ਸੀ ਬਹੁਤ ਵੀਰ ਪੁੱਛਦੇ ਸੀਗੇ ਕਿ ਬਾਈ ਯਾਰ ਲਾਇਸੈਂਸ ਬਾਰੇ ਦੱਸ ਲਥੂਨੀਆ ਤੇ ਵੀ ਆਪਾਂ ਉੱਥੋਂ ਲਾਇਸੈਂਸ ਕਿਵੇਂ ਲੈ ਸਕਦੇ ਆ ਲਾਇਸੈਂਸ ਇੱਕ ਅਸਮਦਾ ਜੀ ਯੂਰਪ ਦਾ ਪੀਆਰ ਸਮਝੋ ਵੀ ਲਾਇਸੈਂਸ ਬਹੁਤ ਜ਼ਰੂਰੀ ਆ ਤੇ ਲਾਇਸੈਂਸ ਨਾਲ ਬਹੁਤ ਦਰਵਾਜ਼ੇ ਇੱਥੇ ਖੁੱਲਦੇ ਆ ਠੀਕ ਹੈ ਜੀ ਲਾਇਸੈਂਸ ਕਿਵੇਂ ਲੈ ਸਕਦੇ ਆ ਜਿਵੇਂ ਕਿੱਥੋਂ ਲੈ ਸਕਦੇ ਆ ਜਿਵੇਂ ਆਪਣੇ ਇੰਡੀਆ ਚ ਆਰਟੀਓ ਹੋ ਗਿਆ ਆਰਟੀਓ ਆਫਿਸ ਹੋ ਗਿਆ ਦੁਬਈ ਚ ਵੀ ਆਰਟੀਓ ਹੋ ਗਿਆ ਨਾ ਇੱਥੇ ਰਿਗਰੇਟਰਾ ਵਾ ਰਿਗਰੇਟਰਾ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਡੀਲ ਕਰਦਾ ਲਾਇਸੈਂਸ ਨੂੰ ਗੱਡੀ ਦੇ ਨੰਬਰ ਪਲੇਟ ਨੂੰ ਰਜਿਸਟ੍ਰੇਸ਼ਨ ਨੂੰ ਸਾਰਾ ਕੁਝ ਉਹ ਹੀ ਦੇਖਦਾ ਤੇ ਮੈਂ ਖੁਦ ਲਥੋਨੀ ਆਇਆ ਸੀ ਇਸ ਬਾਰੇ ਪਤਾ ਕੀਤਾ ਵੀ ਕੀ ਸਿਸਟਮਾ ਕਿੱਦਾਂ ਬਣਦਾ ਕੀ ਆ ਜੀ ਆਪਾਂ ਉੱਥੇ ਖੁਦ ਜਾ ਕੇ ਪਤਾ ਕੀਤਾ ਮੇਰੇ ਪਾਈ ਉਹਨਾਂ ਨੂੰ ਵੀ ਮੈਂ ਦਵਾਈ ਤੋਂ ਲਾਇਸੈਂਸ ਮੇਰੇ ਕੋਲੇ ਮੈਂ ਕਿਵੇਂ ਕੀ ਸਿਸਟਮ ਆ ਤੁਹਾਡਾ ਉਹ ਕਹਿੰਦੇ ਵੀ ਤੁਸੀਂ ਸਕੂਲ ਵਿਜ਼ਿਟ ਕਰੋ ਆਪਣੇ ਨੀਅਰਸਟ ਬ੍ਰਾਂਚ ਜਿੱਥੇ ਰਿਗਰੇਟਰਾ ਦੀ ਅਪਾਇੰਟਮੈਂਟ ਲੈਣੀ ਪੈਂਦੀ ਆ ਔਨਲਾਈਨ ਤੇ ਉੱਥੇ ਜਾ ਕੇ ਆਪਣੀ ਅਪਾਇੰਟਮੈਂਟ ਦਾ ਜਿਹੜਾ ਕੋਡ ਹੁੰਦਾ ਭਰਨ ਤੇ ਆਪਾਂ ਨੂੰ ਫਿਰ ਆਪਾਂ ਉੱਥੇ ਉਹਨਾਂ ਨਾਲ ਗੱਲ ਕਰ ਸਕਦੇ ਆ ਅਪਾਇੰਟਮੈਂਟ ਤੋਂ ਬਿਨਾਂ ਉਹ ਆਪਣਾ ਨਾਲ ਗੱਲ ਨਹੀਂ ਕਰਦੇ ਚਲੋ ਮੈਂ ਲਾਇਸੈਂਸ ਸੀਗਾ ਮੇਰੇ ਕੋਲ ਦੁਬਈ ਦਾ ਟ੍ਰਾਂਸਲੇਸ਼ਨ ਮੈਂ ਲਥੋਨੀਆ ਦੀ ਲੈਂਗੁਏਜ ਚ ਕਰਾਇਆ ਹੋਇਆ ਸੀ ਮੈਡੀਕਲ ਸਰਟੀਫਿਕੇਟ ਸੀਗਾ ਮੇਰੇ ਕੋਲੇ ਇਹ ਦੋ ਤਿੰਨ ਲੋੜ ਚੀਜ਼ਾਂ ਦੀ ਲੋੜ ਹ ਉੱਥੇ ਜਦੋਂ ਮੈਂ ਗਿਆ ਤੇ ਉਹਨਾਂ ਨੂੰ ਪਤਾ ਕੀਤਾ ਲਾਇਸੈਂਸ ਦਿੱਤਾ ਦੁਬਈ ਦਾ ਉਹ ਕਹਿੰਦੇ ਵੀ ਤੁਹਾਡੇ ਕੋਲ ਦੁਬਈ ਦਾ ਲਾਇਸੈਂਸ ਆ ਅਸੀਂ ਚੇਂਜ ਕਰ ਦਾਂਗੇ ਤੇ ਸਾਨੂੰ ਪਾਸਪੋਰਟ ਦੋ ਪਾਸਪੋਰਟ ਦੇਣ ਤੇ ਉਹ ਕਹਿੰਦੇ ਵੀ ਤੁਹਾਡਾ ਪਾਸਪੋਰਟ ਇੰਡੀਆ ਦਾ ਬਾ ਤੁਸੀਂ ਸਿਟੀਜ਼ਨ ਆਫ ਇੰਡੀਆ ਵੀ ਬੱਟ ਜੇਕਰ ਤੁਹਾਡੇ ਕੋਲ ਦੁਬਈ ਦੀ ਸਿਟੀਜ਼ਨ ਹੁੰਦੀ ਫਿਰ ਅਸੀਂ ਐਕਸਚੇਂਜ ਕਰ ਸਕਦੇ ਸੀ ਅਦਰਵਾਈਜ਼ ਅਸੀਂ ਐਕਸਚੇਂਜ ਨਹੀਂ ਕਰ ਸਕਦੇ ਤੁਹਾਨੂੰ ਇਹ ਦੁਬਾਰੇ ਹੀ ਬਣਾਉਣਾ ਪੈਣਾ ਤੇ ਮੈਂ ਇਹਨਾਂ ਨੂੰ ਦੁਬਾਰੇ ਬਣਾਉਣ ਦਾ ਪ੍ਰੋਸੈਸ ਪੁੱਛਿਆ ਦੁਬਈ ਬਾਰੇ ਤੇ ਇੰਡੀਆ ਦਾ ਲਾਕ ਸਿਸਟਮ ਆ ਦੁਬਈ ਦਾ ਲਾਕ ਤੇ ਦਬਈ ਬਾਰੇ ਪੁੱਛਿਆ ਉਹ ਕਹਿੰਦੇ ਵੀ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਬੀ ਕੈਟਾਗਰੀ ਦਾ ਲਾਇਸੈਂਸ ਲੈਣਾ ਪੈਣਾ ਤੇ ਫੈਲ ਓਪਨ ਕਰਾਉਣੀ ਪੈਣੀ ਹੈ ਸਕੂਲ ਤੋਂ ਤੁਹਾਨੂੰ ਕਲਾਸਾਂ ਲੈਣੀਆਂ ਪੈਣੀਆਂ ਹੈ ਥਿਉਰੀ ਦੀਆਂ ਉਸ ਤੋਂ ਬਾਅਦ ਥਿਉਰੀ ਦੀਆਂ ਕਲਾਸਾਂ ਦੋ ਲੈਂਗੁਏਜ ਵਿੱਚ ਇੱਥੇ ਇੱਕ ਹੈਗੀ ਰਸিয়ান ਲਥੋਨੀਅਨ ਤੇ ਇੰਗਲਿਸ਼ ਤਿੰਨ ਲੈਂਗੁਏਜ ਵਿੱਚ ਠੀਕ ਹੈ ਜੀ ਤੁਸੀਂ ਚੂਜ਼ ਕਰ ਸਕਦੇ ਹੋ ਕਿਹੜੀ ਲੈਂਗੁਏਜ ਵਿੱਚ ਥਿਉਰੀ ਟੈਸਟ ਦੇਣਾ ਆਪਾਂ ਇੰਗਲਿਸ਼ ਨੂੰ ਪ੍ਰੈਪਰ ਕਰਾਂਗੇ ਹਨਾ ਤੇ ਉਸ ਤੋਂ ਬਾਅਦ ਤੁਸੀਂ ਸਕੂਲੇ ਕਲਾਸਾਂ ਲੈਣੀਆਂ ਬੀ ਕੈਟਾਗਰੀ ਦੀਆਂ B category ਦੀਆਂ classਾਂ ਲੈ ਕੇ ਸਾਰਾ ਫਿਰ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰਨੀ ਆ ਰਿਗਰੇਟਰਾ ਤੋਂ ਅਪਾਇੰਟਮੈਂਟ ਚੱਕਣੀ ਆ ਟੈਸਟ ਦੇਣ ਦੀ ਤੇ ਆਪਾਂ ਟੈਸਟ ਦਵਾਂਗੇ ਉੱਥੇ B category ਦੇ ਥਿਉਰੀ ਦਾ ਉਸ ਤੋਂ ਪਾਸ ਹੋਣ ਤੋਂ ਬਾਅਦ ਫਿਰ ਆਪਾਂ ਨੂੰ classਾਂ ਲੈਣੀਆਂ ਪੈਣੀਆਂ B category ਦੀਆਂ ਸਕੂਲਾਂ ਸਕੂਲ ਤੋਂ classਾਂ ਲੈ ਕੇ ਉਸ ਤੋਂ ਬਾਅਦ ਆਪਾਂ ਪ੍ਰੈਕਟੀਕਲ ਐਗਜ਼ਾਮ ਭਰ ਸਕਦੇ ਹਾਂ ਰਿਗਰੇਟਰਾ ਦੇ ਵਿੱਚ ਆਨਲਾਈਨ ਆਪਾਂ ਡੇਟ ਲੈ ਸਕਦੇ ਹਾਂ ਸਟੇਟ ਤੇ ਆਪਾਂ ਉੱਥੇ ਜਾਣਾ ਹੁੰਦਾ ਇਗਜ਼ਾਮ ਆ ਜਿਹੜਾ ਥਿਉਰੀ ਦਾ ਉਹ ਹੈਗਾ ਇੰਗਲਿਸ਼ ਵਿੱਚ ਬਟ ਜਦੋਂ ਆਪਾਂ ਪ੍ਰੈਕਟੀਕਲ ਦੇਣਾ ਉਹਦੇ ਲਈ ਆਪਾਂ ਨੂੰ ਟਰਾਂਸਲੇਸ਼ਨ ਜ਼ਰੂਰੀ ਕੋਈ ਪਰਸਨ ਕਰਨ ਨੂੰ ਚਾਹੀਦਾ ਨਾਲ ਵੀ ਜਿਹੜਾ ਲਥੂਨੀਆ ਦੇ ਵਿੱਚ ਉਹਨੂੰ ਦੱਸ ਸਕੇ ਆਪਾਂ ਇੰਗਲਿਸ਼ ਬੋਲ ਸਕੇ ਜਰ ਉਹਨੇ ਆਪਣੇ ਤੋਂ ਪ੍ਰੈਕਟੀਕਲ ਟੈਸਟ ਲੈਣਾ ਟਰਾਂਸਲੇਟਰ ਨੇ ਆਪਾਂ ਨੂੰ ਲਥੂਨੀਆ ਤੋਂ ਇੰਗਲਿਸ਼ ਕਰਕੇ ਦੱਸਣੀ ਤੇ ਆਪਾਂ ਉਹਨੂੰ ਇੰਗਲਿਸ਼ ਤੋਂ ਉਹਨੇ ਗਾ ਉਹਨੂੰ ਥਿਉਰੀ ਆਪਣੀ ਲਥੂਨੀਆ ਲੈਂਗੁਏਜ ਵਿੱਚ ਦੱਸਣਾ ਜਿਹੜਾ ਆਫੀਸਰ ਇੱਥੇ ਦਾ ਆਪਣਾ ਟੈਸਟ ਲੈ ਰਿਹਾ ਹੋਊਗਾ ਗੱਡੀ 'ਚ ਬਹਿ ਕੇ ਜਿਵੇਂ ਆਪਣੇ ਦੁਬਈ 'ਚ ਲੈਂਦੇ ਆ ਠੀਕ ਹੈ ਜੀ ਇਹ ਪ੍ਰੈਕਟੀਕਲ ਦੇ ਵਿੱਚ ਆਪਾਂ ਨੂੰ ਟਰਾਂਸਲੇਟਰ ਦੀ ਲੋੜ ਪੈਂਦੀ ਆ ਜਦੋਂ ਆਪਾਂ ਬੀ ਕੈਟਾਗਰੀ ਪਾਸ ਕਰ ਲਈ ਥਿਉਰੀ ਤੇ ਪ੍ਰੈਕਟੀਕਲ ਉਸ ਤੋਂ ਬਾਅਦ ਸੀ ਪਲੱਸ ਈ ਦੀਆਂ ਕਲਾਸਾਂ ਆਪਾਂ ਨੂੰ ਥਿਉਰੀ ਦੀਆਂ ਫੇਰ ਲੈਣੀਆਂ ਪੈਣੀਆਂ ਉਸ ਤੋਂ ਸੀ ਪਲੱਸ ਈ ਦੀਆਂ ਕਲਾਸਾਂ ਥਿਉਰੀ ਦੀਆਂ ਲੈ ਕੇ ਉਹਦਾ ਐਗਜ਼ਾਮ ਫਿਲ ਕਰਨਾ ਪੈਣਾ ਉਹ ਇੰਗਲਿਸ਼ ਵਿੱਚ ਆ ਉਹ ਆਪਾਂ ਜਦੋਂ ਪਾਸ ਆਊਟ ਕਰਦੇ ਆ ਫਿਰ ਆਪਾਂ C+E ਲਈ एलिजिबल ਹੋ ਜਾਨੇ ਆ ਪ੍ਰੈਕਟੀਕਲ एग्जाम ਦੇਣ ਦੀ ਪ੍ਰੈਕਟੀਕਲ एग्जाम ਦੇਣ ਫਿਰ ਉਹ ਹੀ ਟ੍ਰਾਂਸਲੇਟਰ ਲੈਣਾ ਪੈਣਾ ਤੇ ਉਸ ਤੋਂ ਬਾਅਦ ਆਪਾਂ ਉਹ ਪਾਸ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਲਾਇਸੈਂਸ ਇੱਥੋਂ ਲੈ ਸਕਦੇ ਹਾਂ ਠੀਕ ਹੈ ਜੀ ਐਕਸਚੇਂਜ ਦੁਬਈ ਦਾ ਲਾਇਸੈਂਸ ਨਹੀਂ ਹੁੰਦਾ ਜਿਹੜੇ ਵੀਰਾਂ ਕੋਲੇ ਦੁਬਈ ਦਾ ਲਾਇਸੈਂਸ ਆ ਉਹਨੂੰ B ਕੈਟਾਗਰੀ ਦਾ ਬਣਾਉਣਾ ਪੈਣਾ ਫਿਰ C E C+C ਬਣਾਉਣਾ ਪੈਣਾ ਠੀਕ ਹੈ ਜੀ ਦੁਬਈ ਦਾ ਐਕਸਚੇਂਜ ਲਾਇਸੈਂਸ ਨਹੀਂ ਹੁੰਦਾ ਇੱਥੇ ਪਤਾ ਕਰ ਲਿਆ ਆਪਾਂ ਠੀਕ ਹੈ ਜੀ ਤੇ ਆਸ ਸਿਸਟਮ ਆ ਵਿੱਚ ਦਾ ਲਾਇਸੈਂਸ ਆਪਾਂ ਕਿਵੇਂ ਲੈ ਸਕਦੇ ਆ ਠੀਕ ਹੈ ਜੀ ਦੁਬਈ ਤੋਂ ਜਿਹੜੇ ਵੀ ਆ ਰਹੇ ਆ ਤੇ ਲਾਇਸੈਂਸ ਇੱਕ ਇੱਕ ਚੀਜ਼ ਆ ਜਿਹੜੀ ਬਹੁਤ ਰਾਹ ਖੋਲਦੀ ਆ ਜੀ ਜੇ ਆਪਣੇ ਕੋਲੇ ਲਾਇਸੈਂਸ ਆ ਆਪਣੇ ਕੋਲੇ ਲਥੁਨੀਆ ਦਾ ਐਕਸਪੀਰੀਅੰਸ ਹੋ ਜਾਂਦਾ ਟੈਕੋ ਕਾਰਡ ਆਪਣੇ ਕੋਲ ਹੁੰਦਾ ਹਨ ਤੇ ਆਪਾਂ ਕੋਈ ਵਧੀਆ ਕੰਪਨੀ ਜਿੱਥੇ ਜਿਵੇਂ ਵਧੀਆ ਦੇਸ਼ ਦੀਆਂ ਕੰਪਨੀਆਂ 'ਚ ਵੀ ਜਾ ਸਕਦੇ ਆ ਉੱਥੇ ਸੈਲਰੀ ਬਹੁਤ ਆ ਆਪਣੇ ਕੰਪੈਰੀਜ਼ਨ ਟੂ ਲਥੁਨੀਆ ਜਰਮਨ ਫ੍ਰਾਂਸ ਇਟਲੀ ਬੈਲਜੀਅਮ ਇੱਥੇ ਸੈਲਰੀ ਵੱਧ ਦਾ ਲਥੁਨੀਆ ਨਾਲ ਤੇ ਆਪਨ ਕੋ ਲਾਇਸੈਂਸ ਐ ਐਕਸਪੀਰੀਅੰਸ ਆ ਉਧਰ ਦੇ ਆਪਾਂ ਨੂੰ ਕੰਪਨੀ ਹਾਇਰ ਕਰ ਸਕਦੀ ਆ ਤੇ ਟੀਆਰਪੀ ਆਪਣੇ ਕੋਲੇ ਹੁੰਦੀ ਆ ਉਹਨਾਂ ਨੇ ਟੀਆਰਪੀ ਉੱਥੇ ਐਕਸਚੇਂਜ ਕਰ ਦਿੰਦੇ ਆ ਉੱਥੇ ਦੀ ਅਪਾਰਟਮੈਂਟ ਮਿਲ ਜਾਂਦੀ ਆ ਉਹਦੇ ਲਈ ਆਪਾਂ ਜੇ 6 ਮਹੀਨੇ ਕਿਸੇ ਦੇਸ਼ ਚ ਰਹੀਏ ਉੱਥੇ ਦੀ ਆਪਾਂ ਨੂੰ ਪੀਸੀਸੀ ਚਾਹੀਦੀ ਆ ਜੇ ਲਥੁਨੀਆ ਆਪਾਂ 6 ਮਹੀਨੇ ਰਹੇ ਆ ਆਪਣੇ ਕੋ 6-7 ਮਹੀਨੇ ਦਾ ਐਕਸਪੀਰੀਅੰਸ ਇੱਥੇ ਦੀ ਪੀਸੀਸੀ ਲੱਗੂ ਤੇ ਆਪਣੇ ਇੰਡੀਆ ਦੇ ਤੇ ਆਪਾਂ ਉਸ ਦੇਸ਼ ਵਿੱਚ ਮੂਵ ਹੋ ਸਕਦੇ ਆ ਜਿਹੜੇ ਵੀਰਾਂ ਦਾ ਪਲਾਨ ਹੁੰਦਾ ਕਿ ਕਿ ਲਾਇਸੈਂਸੀ ਇੱਕ ਜਰੀਆ ਜਿਹੜਾ ਆਪਾਂ ਵਧੀਆ ਕੰਪਨੀ 'ਚ ਜਾ ਸਕਦੇ ਹਾਂ ਠੀਕ ਹੈ ਜੀ ਅਦਰਵਾਈਜ਼ ਆਪਾਂ ਲਥੋਨੀਆ 'ਚ ਕੰਪਨੀਆਂ ਲੱਭ ਸਕਦੇ ਹਾਂ ਟੀਆਰਪੀ ਦੇ ਸਿਰ ਤੇ ਠੀਕ ਹੈ ਉਹਦੇ ਲਈ ਆਪਾਂ ਨੂੰ ਟੀਆਰਪੀ ਚਾਹੀਦੀ ਹੈ ਜੇ ਕੋਈ ਕੰਪਨੀ ਤੰਗ ਕਰਦੀ ਆ ਤਾਂ ਆਪਾਂ ਦੂਜੀ ਕੰਪਨੀ ਚੇਂਜ ਕਰ ਸਕਦੇ ਹਾਂ ਕੋਈ ਐਡਾ ਈਸੂ ਨਹੀਂਗਾ ਠੀਕ ਹੈ ਜੀ ਲਥੋਨੀਆ 'ਚ ਜੇ ਆਪਾਂ ਦੂਜੇ ਦੇਸ਼ 'ਚ ਜਾਂਦੇ ਆ ਕਈ ਦੇਸ਼ ਫਿਰ ਚੱਕ ਲੈਂਦੇ ਆ ਇੰਟਰਨੈਸ਼ਨਲ ਤੇ ਬਾਟੋ ਸੈਲਰੀ ਸੇਮ ਜੀ ਰਹਿੰਦੀ ਹੈ ਜੇ ਵਧੀਆ ਸੈਲਰੀ 'ਚ ਜਾਣਾ ਦੇਸ਼ 'ਚ ਫਿਰ ਉਹ ਆਪਾਂ ਨੂੰ ਲਾਇਸੈਂਸ ਲੈਣਾ ਪੈ ਤੇ ਫੇਰ ਉਸ ਤੋਂ ਬਾਅਦ ਵਧੀਆ ਕੰਟਰੀ ਆਪਾਂ ਜਾ ਸਕਦੇ ਆ ਮੂਹ ਬਹੁ ਸਕਦੇ ਆ ਇਹ ਸਿਸਟਮ ਜਿੱਥੇ ਵੱਧ ਸੈਲਰੀਆਂ ਮਿਲਦੀਆਂ ਕੰਟਰੀਆਂ ਵੀ ਸੋਹਣੀ ਆ ਬਟ ਜਿੱਥੇ ਸੈਲਰੀ ਵੱਧ ਆ ਇੱਥੇ ਦੇ ਦੇਸ਼ ਨਾਲੋਂ ਕਿਉਂਕਿ ਲਥੋਨੀਆ ਦੇ ਜਿਹੜੇ ਡਰਾਈਵਰ ਆ ਖਾਦ ਉਹ ਕੰਮ ਦੂਸਰੀਆਂ ਕੰਟਰੀਆਂ 'ਚ ਕਰਦੇ ਆ ਕਿਉਂਕਿ ਉਹਨਾਂ ਆਪਰਚੂਨਿਟੀਆਂ ਹੈਗੀਆਂ ਲਾਇਸੈਂਸ ਹੈਗੇ ਉੱਤਰ ਸੈਲਰੀ ਵਧੀਆ ਕੰਪੈਰੀਸ਼ਨ ਇੱਥੇ ਨਾਲੋਂ ਤੇ ਮੈਂ ਤਾਂ ਹਰੇਕ ਵੀਡੀਓ ਚ ਕਹਿਣਾ ਹੁੰਦਾ ਹੁਣ ਇੰਡੀਆ ਬਾਰੇ ਗੱਲ ਕਰਦੇ ਆਂ ਵੀ ਇੰਡੀਆ ਦਾ ਲਾਇਸੈਂਸ ਬਾਈ ਬਣਾਓ ਬਣਾਓ ਬਣਾ ਕੇ ਰੱਖ ਲਓ ਇੰਡੀਆ ਦੇ ਲਾਇਸੈਂਸ ਦੇ ਫਾਇਦੇ ਆ ਜਿਹੜੇ ਦੇਸ਼ ਦਾ ਆਪਣੇ ਕੋਲ ਪਾਸਪੋਰਟ ਆ ਨਾ ਉਸ ਦੇਸ਼ ਦੇ ਆਪਣੇ ਕੋਲੇ ਸਾਰੇ ਲਾਇਸੈਂਸ ਹੋਣਗੇ ਏ ਬੀ ਸੀ ਜਿਹੜੀਆਂ ਕੈਟਾਗਰੀਆਂ ਜਿਵੇਂ ਆਪਣੇ ਇੰਡੀਆ ਆ ਨਾ ਐਲ ਐਮ ਪੀ ਹੋ ਗਿਆ ਪੀ ਆਰ ਹੋ ਗਿਆ ਠੀਕ ਆ ਐਚ ਟ ਐਚ ਜੀ ਵੀ ਹੋ ਗਿਆ ਇਹਨਾਂ ਦੇ ਫਾਇਦੇ ਆ ਇੰਡੀਆ ਦਾ ਲਾਇਸੈਂਸ ਯੂਰਪ ਦੀਆਂ ਬਹੁਤੀਆਂ ਕੰਟਰੀਆਂ ਚ ਚੇਂਜ ਹੋ ਜਾਂਦਾ ਜੇ ਮੈਂ ਕ੍ਰੋਸੀਆ ਨਾਲ ਉਹ ਜੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਹੈ ਕ੍ਰੋਸੀਆ ਜਾਣੇ ਹੋ ਤੁਹਾਨੂੰ B ਕੈਟਾਗਰੀ ਦਾ ਉਹਨਾਂ ਨੇ ਲਾਇਸੈਂਸ ਦੇ ਦੇਣਾ A ਕੈਟਾਗਰੀ ਦਾ ਲਾਇਸੈਂਸ ਦੇ ਲੈਣਾ ਸਲੋਵਾਕੀਆ ਚ ਚੇਂਜ ਹੋ ਜਾਣਾ ਡੈਨਮਾਰਕ ਚ ਜਾਣੇ ਹੋ ਤੁਸੀਂ ਡੈਨਮਾਰਕ ਦੀਆਂ ਕੰਟਰੀਆਂ ਚੇਂਜ ਕਰ ਦਿੰਦੀਆਂ ਬਹੁਤੀਆਂ ਕੰਟਰੀਆਂ ਪੁਰਤਗਾਲ ਉਹ ਇੰਡੀਆ ਦਾ ਤੁਹਾਡੇ ਕੋਲ ਲਾਇਸੈਂਸ ਹੈਗਾ ਵਾ ਟੈਸਟਡ ਕਰਾਇਆ ਹੋਇਆ ਵਾ ਟੈਸਟਿੰਗ ਕਰਾ ਲੈਂਦੇ ਆ ਕਈ ਵੀਰ ਉੱਥੇ ਵੀ ਉਹ ਚੇਂਜ ਕਰ ਦਿੰਦੇ ਆ ਲਾਇਸੈਂਸ ਮੈਂ ਕਹਤੋਗਾ ਨਾ ਹੁਣ ਬਾਈ ਹਰੇਕ ਵੀਰ ਨੂੰ ਵੀ ਇੰਡੀਆ ਦਾ ਲਾਇਸੈਂਸ ਹੈ ਵੀ ਬਣਾ ਕੇ ਜਰੂਰ ਰੱਖੋ ਬਾਈ ਕੱਲ ਨੂੰ ਤੁਸੀਂ ਤਾਂ ਸਟੱਡੀ 베ਸ ਤੇ ਹੋਣੋ ਚਾਹੇ ਵਰਕ ਪਰਮਿਟ ਤੇ ਹੋਣੋ ਕਿਸੇ ਤੇ ਵੀ ਹੋਣੇ ਤੁਹਾਡਾ ਲਾਇਸੈਂਸ ਇੰਡੀਆ ਦਾ ਇੱਥੇ ਐਕਸਚੇਂਜ ਹੋ ਜਾਂਦਾ ਕਿਹ ਕੰਟਰੀਆਂ ਦੇ ਵਿੱਚ ਲਥੋਨੀਆ ਨਹੀਂ ਹੁੰਦਾ ਹੋਰ ਕੰਟਰੀਆਂ ਚ ਹੋ ਜਾਂਦਾ ਪਰ ਲਥੋਨੀਆ ਵੀ ਉਹ ਚੀਜ਼ ਦਾ ਬੈਨੀਫਿਟ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਹੁਣ ਗੱਲ ਕਰਦਾ ਕਿਹ ਬੈਨੀਫਿਟ ਆ ਇੰਡੀਆ ਦਾ ਲਾਇਸੈਂਸ ਅਜੇ ਆਪਣੇ ਕੋਲ ਜਿੱਥੇ ਦੇ ਆਪਾ ਸਿਟੀਜ਼ਨ ਆ ਨਾ ਜੀ ਉੱਥੇ ਦਾ ਆਪਣਾ ਲਾਇਸੈਂਸ ਸਾਰੇ ਬਣਾ ਲੈਣੇ ਚਾਹੀਦੇ ਆ ਤੇ ਬਹੁਤ ਬੈਨੀਫਿਟਾ ਹੁਣ ਇੰਡੀਆ ਦੇ ਲਾਇਸੈਂਸ ਦੀ ਗੱਲ ਕਰੀਏ ਵੀ ਇੰਡੀਆ ਤੋਂ ਜਿਹੜੇ ਵੀਰ ਆ ਰਹੇ ਆ ਲਥੂਨੀਆ ਕਿਵੇਂ ਲਾਇਸੈਂਸ ਲੈ ਸਕਦੇ ਆ ਇੰਡੀਆ ਤੋਂ ਜਿਹੜੇ ਵੀਰ ਆ ਜਿੰਨਾਂ ਕੋਲ ਸਾਰੇ ਲਾਇਸੈਂਸ ਆ ਠੀਕ ਹੈ ਜੀ ਤੇ 85 ਦਿਨ ਹੋ ਗਏ ਉਹਨਾਂ ਨੂੰ ਲਥੂਨੀਆ ਵਿੱਚ ਰਹਿੰਦੇ ਹੋਿਆਂ ਨੂੰ ਉਸ ਤੋਂ ਬਾਅਦ ਵਿੱਚ ਉਹ ਆਪਣਾ ਸੀ ਪਲਸ ਈ ਦਾ ਕੈਟਾਗਰੀ ਦਾ ਲਾਇਸੈਂਸ ਲੈ ਸਕਦੇ ਆ ਡਾਇਰੈਕਟ ਜਿਵੇਂ ਦੁਬਈ ਵਾਲੇ ਵੀਰਾਂ ਨੂੰ B ਕੈਟਾਗਰੀ ਦਾ ਲਾਇਸੈਂਸ ਲੈਣਾ ਪੈਣਾ ਪਹਿਲਾਂ ਠੀਕ ਹੈ ਜੀ ਉਹਦਾ ਥਿਊਰੀ ਦੇਣਾ ਪੈਣਾ ਪ੍ਰੈਕਟੀਕਲ ਦੇਣਾ ਪੈਣਾ ਜਿਨ੍ਹਾਂ ਕੋਲ ਇੰਡੀਆ ਦਾ ਲਾਇਸੈਂਸ ਆ ਉਹਨਾਂ ਨੂੰ B ਕੈਟਾਗਰੀ ਦਾ ਨਾ ਥਿਊਰੀ ਦੇਣ ਦੀ ਲੋੜ ਆ ਨਾ ਪ੍ਰੈਕਟੀਕਲ ਟੈਸਟ ਦੇਣ ਦੀ ਲੋੜ ਆ ਉਹਨਾਂ ਨੇ ਕੀ ਕਰਨਾ ਇੰਡੀਆ ਦੇ ਲਾਇਸੈਂਸ ਨੂੰ ਲਥੋਨੀਆ ਲੈਂਗੁਏਜ ਚ ਟ੍ਰਾਂਸਲੇਟ ਕਰਾ ਆ ਦੇਣਾ ਉਹ ਪਰਸਨ ਤੋਂ ਕਰਾਉਣਾ ਜਿਹੜਾ ਸਰਕਾਰ ਕੰਨੀਓ ਪੂਰਾ ਐਨ ਵੀ ਓਕੇ ਆ ਵੀ ਉਹਦੇ ਕੋਲ ਮੋਹਰ ਆ ਸਟੈਂਪ ਆ ਉਹ ਰਜਿਸਟਰ ਆ ਇੱਥੇ ਦੀ ਗਵਰਨਮੈਂਟ ਚ ਉਹ ਹੋ ਜਾਂਦੇ 8-10 ਜੂਰੋ ਆਪਣੇ ਲੱਗਦੇ ਆ ਟਰਾਂਸਲੇਸ਼ਨ ਕਰਾਉਣ ਨੂੰ ਇਧਰ ਦੀ ਲੈਂਗੁਏਜ ਚ ਨੰਬਰ 2 ਉਹਦੇ ਤੁਹਾਡੇ ਕੋਲੇ ਚਾਹੀਦਾ ਮੈਡੀਕਲ ਫਿਟਨੈਸ ਸਰਟੀਫਿਕੇਟ ਠੀਕ ਆ ਜੀ ਫਸਟ ਏਡ ਸਰਟੀਫਿਕੇਟ इजीली ਮਿਲ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਕੀ ਤੇ ਤੁਸੀਂ ਫਿਰ ਸਕੂਲੇ ਜਾਣਾ ਆਪਦਾ ਲਾਇਸੈਂਸ ਲੈ ਕੇ ਮੈਡੀਕਲ ਸਰਟੀਫਿਕੇਟ ਲੈ ਕੇ ਤੇ ਫਸਟ ਏਡ ਵਾਲਾ ਉਹਨਾਂ ਨੂੰ ਜਾ ਕੇ ਕਹਿਣਾ ਮੇਜੀ ਸਿਟੀਜ਼ਨ ਆ ਪਾਸਪੋਰਟ ਆ ਇੰਡੀਆ ਦੇ ਮੇਰੇ ਕੋ ਸਾਰੇ ਲਾਇਸੈਂਸ ਆ ਪਲੱਸ ਇੰਟਰਨੈਸ਼ਨਲ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਉੱਥੇ ਜਾ ਕੇ ਤੁਸੀਂ ਦੇਣਾ ਉਹਨਾਂ ਨੇ ਕਿਹਾ ਵੀ ਫਾਈਲ ਓਪਨ ਕਰ ਦੇਣੀ ਉਹਨਾਂ ਨੇ ਕਿਹਾ ਤੁਸੀਂ ਸਿੱਧਾ ਸੀ ਪਲੱਸ ਈ ਦਾ ਥਿਊਰੀ ਟੈਸਟ ਦੇ ਸਕਦੇ ਆ ਬੀ ਕੈਟਾਗਰੀ ਦੀ ਆਪਾਂ ਨੂੰ ਲੋੜ ਨਹੀਂ ਜੇ ਆਪਣੇ ਕੋਲ ਦੁਬਈ ਦਾ ਫਿਰ ਆਪਾਂ ਨੂੰ ਬੀ ਕੈਟਾਗਰੀ ਦਾ ਬਣਾਉਣਾ ਪੈਣਾ ਮਾਂ ਫਿਰ ਗਾਂ ਉਹ ਟਾਈਮ ਲੱਗੂਗਾ ਫਿਰ ਸੀ ਈ ਦਾ ਬਣਾਉਣਾ ਪੈਣਾ ਇਸ ਲਈ ਜਿਹੜੇ ਵੀ ਦੁਬਈ ਵਾਲੇ ਵੀ ਆ ਉਹ ਇੰਡੀਆ ਦਾ ਲਾਇਸੈਂਸ ਹੈ ਵੀ ਜ਼ਰੂਰ ਬਣਾਉਣ ਚਾਹੇ ਉਹ ਕਤਰਕ ਬਹਿਰੀਨ ਮਾਸਕਟਮਾਨ ਕਿਤੇ ਵੀ ਉਹਨਾਂ ਕੰਟਰੀਆਂ ਬਾਰੇ ਮੈਨੂੰ ਨਹੀਂ ਪਤਾ ਕੀਤਾ ਵੇ ਕਿਉਂਕਿ ਮੇਰੇ ਕੋ ਦबई ਦਾ ਸੀ ਮੈਂ ਦबई ਦਾ ਪਤਾ ਕੀਤਾ ਉਹਨਾਂ ਦਾ ਕੇਸ ਸਿਸਟਮ ਆ ਉਹਦੇ ਬਾਰੇ ਵੀ ਆਪਾਂ ਪਤਾ ਕਰ ਲਾਂਗੇ ਤੇ ਠੀਕ ਹੈ ਜੀ ਇਹ ਆਪਾਂ ਤਿੰਨ ਚਾਰ ਡਾਕੂਮੈਂਟ ਲੈ ਕੇ ਸਕੂਲੇ ਜਾ ਵੜਨਾ ਥਿਉਰੀ ਟੈਸਟ ਦੇਣ ਲਈ ਆਪਾਂ ਡੇਟ ਚੱਕ ਲੈਣੀ ਆ 6+e ਦੀ ਥੋੜੀ ਜੀ ਤੁਸੀਂ ਥਿਉਰੀ ਦੀਆਂ ਕਲਾਸਾਂ ਲੈ ਲਓ ਜਾਂ ਉਹਨੂੰ ਥੋੜਾ ਜਿਹਾ ਆਪ ਪੜ੍ਹ ਲਓ ਆਨਲਾਈਨ ਬੁੱਕਸ ਮਿਲ ਜਾਂਦੇ ਆ ਜਿਵੇਂ ਗ੍ਰੇਤਰਾ ਬੱਲੀ ਨੌ 10 ਜ਼ੀਰੋ ਦਾ ਪੀਡੀਐਫ ਹੁੰਦਾ ਉਹ ਡਾਊਨਲੋਡ ਕਰੋ ਠੀਕ ਹੈ ਜੀ ਉਹਨੂੰ ਪੜੋ ਉਸ ਤੋਂ ਬਾਅਦ ਐਗਜ਼ਾਮ ਦਿਓ ਕੋਈ ਡਾ ਔਖਾ ਨਹੀਂ ਆ ਦਵਾਈ ਚ ਵੀ ਆਪਾਂ ਬਣਾਏ ਨੇ ਪੜ੍ਹ ਕੇ ਇੱਥੇ ਵੀ ਬਣ ਜਾਂਦਾ ਤੁਸੀਂ ਸੀ ਪਲੱਸ ਈ ਦੀ ਥਿਊਰੀ ਟੈਸਟ ਦਿਓ ਪਾਸ ਹੋਣ ਤੋਂ ਬਾਅਦ ਥੋੜੀਆਂ ਜਿਹੀਆਂ ਇੱਕ ਦੋ ਤੁਹਾਨੂੰ ਲੱਗਦਾ ਕਲਾਸਾਂ ਲੈਣੀਆਂ ਲੈ ਲਓ ਨਹੀਂ ਉਹ ਕਹਿੰਦੇ ਸਿੱਧਾ ਟੈਸਟ ਭਰ ਸਕਦੇ ਆਪਾਂ ਜੇ ਆਪਣੇ ਕੋਲ ਇੰਡੀਆ ਦਾ ਲਾਇਸੈਂਸ ਆਵੇ ਤੁਸੀਂ ਪ੍ਰੈਕਟੀਕਲ ਥੋੜੀਆਂ ਜਿਹੀਆਂ ਕਲਾਸਾਂ ਲੈਣੀਆਂ ਲੈ ਲਓ ਮਾੜਾ ਮੋਟਾ ਪਤਾ ਕਰਨਾ ਵੀ ਕੀ ਸਿਸਟਮ ਆ ਨਾ ਉਸ ਤੋਂ ਬਾਅਦ ਤੁਸੀਂ ਆਪਦਾ ਪ੍ਰੈਕਟੀਕਲ ਐਗਜ਼ਾਮ ਦਾ ਟੈਸਟ ਭਰ ਦਿਓ ਇਕਾ ਜੀ ਟਰਾਂਸਲੇਟਰ ਲਵੋ ਤੁਹਾਨੂੰ ਮਿਲ ਜਾਂਦਾ ਸਕੂਲ ਤੋਂ ਮਾੜਾ ਮੋਟਾ ਪਤਾ ਕਰ ਲੈਣਾ ਹੁੰਦਾ ਕੌਣਸ ਤੋਂ ਮਿਲ ਜਾਂਦਾ ਤੇ ਸੋਲੋ ਚੋਂ ਵੀ ਮਿਲ ਜਾਂਦਾ ਮਿਲ ਜਾਂਦੇ ਆ ਟਰਾਂਸਲੇਟਰ ਉਹ ਟਰਾਂਸਲੇਟਰ ਨੂੰ ਨਾਲ ਲਾਓ ਨਾਲੇ ਤਾਂ ਉਹ ਹੈਲਪਰ ਕਰ ਦਿੰਦੇ ਆ ਕਈ ਗੇਰੀ ਵੀ ਕੀ ਕਰਨਾ ਕੀ ਨਹੀਂ ਕਰਨਾ ਹਨਾ ਟਰਾਂਸਲੇਟਰ ਲੈ ਕੇ ਉਸ ਤੋਂ ਬਾਅਦ ਤੁਸੀਂ ਪ੍ਰੈਕਟੀਕਲ ਦਾ ਐਗਜ਼ਾਮ ਦਿਓ ਪ੍ਰੈਕਟੀਕਲ ਦੇ ਐਗਜ਼ਾਮ ਤੋਂ ਬਾਅਦ ਤੁਸੀਂ ਲਥੂਨੀਆ ਦਾ ਲਾਇਸੈਂਸ ਲੈ ਸਕਦੇ ਹੋ ਪਾਸ ਹੋਣ ਤੋਂ ਬਾਅਦ ਇੰਡੀਆ ਦੇ ਲਾਇਸੈਂਸ ਦਾ ਇੰਨਾ ਫਾਇਦਾ ਦਬਈ ਦਾ ਲਾਇਸੈਂਸ ਆ ਉਹਦੇ ਤੇ ਆਪਾਂ B ਕੈਟਾਗਰੀ ਬਣਾਵਾਂਗੇ ਫਿਰ C ਸੀ E ਬਣਾਵਾਂਗੇ ਤੇ ਆਪਣੇ ਕੋਲ ਇੰਡੀਆ ਦਾ ਬਾ ਤਾਂ ਆਪਾਂ ਡਾਇਰੈਕਟ C+E ਦਾ ਲਾਇਸੈਂਸ ਬਣਾ ਸਕਦੇ ਆ ਇਹ ਬੇਨਿਫਿਟਾ ਇੰਡੀਆ ਦੇ ਲਾਇਸੈਂਸ ਦਾ ਜੀ ਤੇ ਇਹੇ ਸੀਗੀ ਜਾਣਕਾਰੀ ਤੇ ਇੰਡੀਆ ਵਾਲੇ ਜਿਹੜੇ ਮੇਰੇ ਵੀਰ ਆ ਰਹੇ ਆ ਜਾਂ ਆਉਣਾਂ ਨੇ ਉਹਨਾਂ ਨੇ ਜੇ ਦਬਈ ਤੋਂ ਇੰਡੀਆ ਬਾ ਜਾਂ ਸੌਦੀ ਤੋਂ ਇੰਡੀਆ ਗਏ ਉਹ ਆਪਦਾ ਲਾਇਸੈਂਸ ਜ਼ਰੂਰ ਬਣਾ ਕੇ ਲੈ ਕੇ ਆਉਣ ਫਾਇਦੇ ਹੈ ਜੀ ਉਹਦਾ ਇੰਟਰਨੈਸ਼ਨਲ ਵੀਜ਼ਾ ਹੈ ਨਾਲ ਕਰਾ ਕੇ ਲੈ ਕੇ ਆਉਣ ਆਪਾਂ ਇੱਥੇ 185 ਦਿਨ ਰਹਿਣ ਤੋਂ ਬਾਅਦ ਆਪਣਾ ਲਾਇਸੈਂਸ ਬਣਵਾ ਸਕਦੇ ਆ ਠੀਕ ਹੈ ਜੀ ਆਪਣੇ ਕੋਲ ਟੀਆਰਪੀ ਆ ਜਾਣੀ ਆ ਤੇ ਆਪਣੇ ਕੋਲੇ ਪਾਸਪੋਰਟ ਵੀ ਹੋਣਾ ਆਪਣੇ ਕੋਲੇ ਮੈਡੀਕਲ ਸਰਟੀਫਿਕੇਟ ਵੀ ਹੋਣਾ ਆਪਣੇ ਕੋਲ ਐਕਸਪੀਰੀਅੰਸ ਵੀ ਹੋ ਜਾਣਾ ਇੱਥੇ ਦੀ ਗੱਡੀ ਦਾ ਟੈਕੋ ਕਾਰਡ ਕੋਲੇ ਹੋਣਾ ਆਪਾਂ ਈਜ਼ੀਲੀ ਪਾਸ ਕਰ ਸਕਦੇ ਆ ਬਸ ਇੱਕ ਥਿਉਰੀ ਦਾ ਹੁੰਦਾ ਥਿਉਰੀ ਬੰਦਾ ਚਲੋ ਹੁਣ ਪੜ੍ਹਨੀ ਪੈਂਦੀ ਐ ਇੰਨੀਕ ਪਰ ਉਹਦੇ ਨਾਲ ਆਪਾਂ ਨੂੰ ਹੋਰ ਰਸਤੇ ਬਹੁਤ ਖੁੱਲ ਜਾਂਦੇ ਆਪਾਂ ਕਿਸੇ ਵਧੀਆ ਕੰਪਨੀ 'ਚ ਜਾ ਸਕਦੇ ਆ ਜੇ ਕਿਸੇ ਵੀਰ ਨੂੰ ਕੰਪਨੀ ਕੋਈ ਘੱਟ ਸੈਲਰੀ ਵਾਲੀ ਮਿਲ ਜਾਂਦੀ ਆ ਉਹ ਦੂਜੀ ਕੰਟਰੀ ਮੂਵ ਹੋ ਸਕਦਾ ਜਾਂ ਉਸੇ ਦੇਸ਼ ਵਿੱਚ ਵਧੀਆ ਕੰਮ ਲੱਭ ਸਕਦਾ ਠੀਕ ਹੈ ਜੀ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੀ ਤਾਂ ਕਿ ਜਿਹੜੇ ਵੀਰਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਲੱਗ ਸਕੇ ਤੇ ਉਹ ਆਪਣਾ ਇੰਡੀਆ ਵਾਲਾ ਲਾਇਸੈਂਸ ਲੈ ਕੇ ਆਉਣ ਠੀਕ ਹੈ ਜੀ ਤਾਂ ਕਿ ਉਹ ਇੱਥੇ ਆ ਕੇ ਆਪਦਾ ਲਾਇਸੈਂਸ ਬਣਾ ਸਕਣ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖ